ਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੇਰੇ ਵੱਲੋਂ ਮੇਰੀ ਸਾਰੀ ਇੰਸਟਾ ਫੈਮਿਲੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬਹੁਤ ਦਿਨਾਂ ਬਾਅਦ ਲਾਈਵ ਆਇਆ, ਸੋਰੀ ਮੈਂ ਥੋੜ੍ਹੇ ਟਾਈਮ ਪਹਿਲਾਂ ਹੀ ਦੱਸਿਆ ਤੁਹਾਨੂੰ ਕਿ ਮੈਂ ਲਾਈਵ ਆ ਰਿਹਾ, ਕਿਉਂਕਿ ਮੈਂ ਬਹੁਤ ਦਿਨਾਂ ਸੋਚਦਾ ਸੀ ਮੈਂ ਲਾਈਵ ਆਉਣਾ, ਤਾਂ ਇੱਕ ਤਾਂ ਇਨਫੋਰਮੇਸ਼ਨ ਸੀਗੀਆਂ ਜੋ ਤੁਹਾਡੇ ਨਾਲ ਸ਼ੇਅਰ ਕਰਨੀਆਂ ਸੀਗੀਆਂ, ਅਤੇ ਸੋਰੀ ਟਾਈਮ ਨਹੀਂ ਲੱਗ ਰਿਹਾ ਸੀ, ਥੋੜ੍ਹਾ ਬਿਜ਼ੀ ਸੀ, ਅਤੇ ਹੁਣੇ ਮੈਂ ਸ਼ੂਟ ਤੋਂ ਫ੍ਰੀ ਹੋਇਆ ਸੀ, ਮੈਂ ਸੋਚਿਆ ਮੈਂ ਤੁਹਾਨੂੰ ਜਿਹੜੀ ਇਨਫੋਰਮੇਸ਼ਨ ਆ ਉਹ ਸ਼ੇਅਰ ਕਰਾਂ ਲਾਈਵ ਹੋ ਕੇ। ਅਤੇ ਗੱਲ ਇਹ ਹੈ ਕਿ ਆਪਣਾ ਗਾਣਾ ਆ ਰਿਹਾ, ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ, ਬਹੁਤ ਦੇਰ ਦਾ ਤੁਹਾਨੂੰ ਦੱਸ ਰਿਹਾ ਕਿ ਆਪਣਾ ਗਾਣਾ ਰੈਡੀ ਹੈ, ਪੋਸਟਰ ਰੈਡੀ ਹੈ, ਵੀਡੀਓ ਰੈਡੀ, ਆਡੀਓ ਰੈਡੀ ਹੈ, ਸਾਰਾ ਕੁਝ ਰੈਡੀ ਹੈ। ਬਸ ਇੱਕ ਦੋ ਕਨਫਿਊਜ਼ਨ ਸੀਗੀਆਂ ਜਿਹੜੀਆਂ ਕਿ ਮੈਨੂੰ ਇੱਦਾਂ ਸੀ ਕਿ ਮੈਂ ਤੁਹਾਡੇ ਨਾਲ ਕਲੀਅਰ ਕਰ ਦੇਵਾਂ, ਕਿਉਂਕਿ ਇੱਕ ਛੋਟਾ ਜਿਹਾ ਪਾਰਟ ਗਾਣੇ ਦਾ ਆਇਆ ਸੀਗਾ ਜਿਹੜਾ ਕਿ ਲੀਕ ਨਹੀਂ ਕਹਿ ਸਕਦੇ, ਉਹ ਮੈਂ ਹੀ ਟਿਕਟੋਕ 'ਤੇ ਪਾਇਆ ਸੀ ਉਹਨਾਂ, ਸੋ ਉਹ ਸਾਊਂਡ ਟਿਕਟੋਕ ਤੋਂ ਯੂਟਿਊਬ 'ਤੇ ਚਲੇ ਗਈ, ਯੂਟਿਊਬ ਤੋਂ ਸਾਰੀ ਸਾਈਟਸ 'ਤੇ ਆ ਗਈ, ਅਤੇ ਬਹੁਤ ਸਾਰੇ ਮੈਸੇਜ ਆ ਰਹੇ ਸੀ ਮੈਨੂੰ ਕਿ ਉਹ ਗਾਣਾ ਕਦੋਂ ਆਊਗਾ ਕਦੋਂ ਆਊਗਾ। ਗਾਣੇ ਦਾ ਨਵਾਂ ਔਕਾਤ ਜਿਹਦਾ ਟਾਈਟਲ ਹਜੇ ਮੈਂ ਸੋਚਿਆ ਨਹੀਂ ਸੀ ਕਿਹੜਾ, ਬਟ ਉਹਦੇ ਯੂਟਿਊਬ 'ਤੇ ਜਿੰਨੀਆਂ ਵੀਡੀਓਜ਼ ਪਈਆਂ ਨੇ ਸਾਰੀਆਂ ਔਕਾਤ ਦੇ ਨਾਮ ਤੋਂ ਪਈਆਂ ਨੇ, ਅਤੇ ਗਾਣਾ ਲਿਖਿਆ ਹੈ ਕਰਨ ਔਜਲੇ ਦਾ। ਬਟ ਮੈਂ ਤੁਹਾਨੂੰ ਦੱਸਣਾ ਸੀ ਕਿ ਜਿਹੜੀ ਨੈਕਸਟ ਆਪਣਾ ਗਾਣਾ ਜਿਹੜਾ ਆਪਾਂ ਨੈਕਸਟ ਰਿਲੀਜ਼ ਕਰ ਰਹੇ ਹਾਂ, ਜਿਹਦਾ ਵੀਡੀਓ ਆ ਰਿਹਾ, ਉਹ ਔਕਾਤ ਗਾਣਾ ਨਹੀਂ ਹੈਗਾ, ਉਹ ਗਾਣਾ ਕੋਈ ਹੋਰ ਹੈ, ਅਤੇ ਜਿਹੜਾ ਕਿ ਸਾਡਾ ਬਹੁਤ ਟਾਈਮ ਤੋਂ ਅਸੀਂ ਜਿਹਦੇ ਕੰਮ ਕਰ ਰਹੇ ਸੀਗੇ। ਸੋ ਔਕਾਤ ਗਾਣਾ ਪਹਿਲਾਂ ਅਸੀਂ ਆਡੀਓ ਸੋਚੀ ਸੀ ਰਿਲੀਜ਼ ਕਰਨ ਦੀ, ਬਟ ਹੁਣ ਉਹ ਪ੍ਰੋਪਰ ਵੀਡੀਓ ਸ਼ੂਟ ਕਰਕੇ ਉਹਦੀ ਇਹ ਤੋਂ ਬਾਅਦ ਇਹ ਗਾਣੇ ਤੋਂ ਬਾਅਦ ਨੈਕਸਟ ਗਾਣਾ ਉਹ ਕਰਾਂਗੇ, ਪਰ ਪਹਿਲਾਂ ਜਿਹੜਾ ਗਾਣਾ ਆ ਰਿਹਾ ਉਹਦੀ ਇਨਫੋਰਮੇਸ਼ਨ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਸੀਗੀ ਕਿ ਉਹ ਗਾਣਾ ਦਾ ਟਾਈਟਲ, ਅਤੇ ਉਹ ਗਾਣਾ ਕਿਸ ਦਿਨ ਰਿਲੀਜ਼ ਹੋਣਾ, ਅਤੇ ਉਹ ਤੁਹਾਨੂੰ ਲੱਗੂਗਾ ਪਤਾ ਪੋਸਟਰ ਤੋਂ, ਜਿਹੜਾ ਕਿ ਪੋਸਟਰ ਮੈਂ ਕੱਲ੍ਹ ਸ਼ੇਅਰ ਕਰੂੰਗਾ, ਕੱਲ੍ਹ ਲਗਭਗ 10-11 ਵਜੇ ਸਵੇਰੇ ਮੈਂ ਸ਼ੇਅਰ ਕਰ ਦੂੰਗਾ ਪੋਸਟਰ, ਜਿਹਦੇ 'ਤੇ ਸਾਰੀ ਡਿਟੇਲਸ ਹੋਣਗੀਆਂ, ਜਿਹਦੇ 'ਤੇ ਦੱਸਿਆ ਹੋਊਗਾ ਕਿਸ ਦਿਨ ਰਿਲੀਜ਼ ਹੋਣਾ ਅਤੇ ਟਾਈਟਲ ਕੀ ਆ, ਅਤੇ ਪੋਸਟਰ ਬਹੁਤ ਸੋਹਣਾ, ਤੁਹਾਨੂੰ ਚੰਗਾ ਲੱਗੂਗਾ ਦੇਖ ਕੇ। ਅਤੇ ਮਿਊਜ਼ਿਕ, ਹਾਂਜੀ ਮਿਊਜ਼ਿਕ ਕੀਤਾ ਸਨੈਪੀ ਨੇ, ਅਤੇ ਵੀਡੀਓ ਤੁਹਾਨੂੰ ਪਤਾ ਅਰਵਿੰਦਰ ਖਹਿਰਾ ਟੀ ਸੀਰੀਜ਼ ਵੱਲੋਂ ਰਿਲੀਜ਼ ਹੋਊਗਾ ਗਾਣਾ। ਅਤੇ ਇੱਕ ਜਿਹੜਾ ਇਸ ਗਾਣੇ ਦੀ ਸਪੈਸ਼ਲ ਚੀਜ਼ ਆ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ, ਮੈਂ ਚਾਹੁੰਦਾ ਕਿ ਮੈਂ ਤੁਹਾਨੂੰ ਮਿਲਵਾਈ ਦੇਵਾਂ ਉਸ ਬੰਦੇ ਨੂੰ ਜਿਹਨੇ ਇਹ ਗਾਣਾ ਲਿਖਿਆ, ਕਿਉਂਕਿ ਬਹੁਤ ਦੇਰ ਤੋਂ ਅਸੀਂ ਸੋਚ ਰਹੇ ਸੀ ਕਿ ਮੈਂ ਪਹਿਲਾਂ ਮੈਂ ਇਹਨੂੰ ਕਿਹਾ ਸੀ ਮੈਨੂੰ ਗਾਣਾ ਲਿਖ ਕੇ ਦੇਵੋ ਕੋਈ, ਅਤੇ ਉਹਨੇ ਫਿਰ ਮੈਨੂੰ ਇਹ ਗਾਣਾ ਲਿਖ ਕੇ ਦਿੱਤਾ ਜਿਹੜਾ ਕਿ ਆਪਾਂ ਨੈਕਸਟ ਕਰ ਰਹੇ ਹਾਂ, ਅਤੇ ਬਹੁਤ ਸੋਹਣਾ ਗਾਣਾ, ਤੁਹਾਨੂੰ ਬਹੁਤ ਚੰਗਾ ਲੱਗੂ। ਮੇਰਾ ਫੇਵਰੇਟ ਵੋਕਲਿਸਟ ਆ ਬੰਦਾ ਉਹ, ਜਿਹਦੇ ਨਾਲ ਮੈਂ ਤੁਹਾਨੂੰ ਮਿਲਾਉਣ ਜਾ ਰਿਹਾ, ਉਹਦੀ ਐਲਬਮ ਆਈ ਆ ਹੁਣੇ, ਤੁਸੀਂ ਸਾਰੇ ਇਹਨਾਂ ਨੇ ਬਹੁਤ ਪਸੰਦ ਕੀਤੀ, ਅਤੇ ਬਹੁਤ ਸੋਹਣੇ ਸੋਹਣੇ ਗਾਣੇ ਆ, ਮੈਨੂੰ ਮੇਰੇ ਖੁਦ ਦੇ ਫੇਵਰੇਟ ਗਾਣੇ ਆ ਉਹਦੇ ਜਿੰਨੇ ਵੀ ਉਹਦੇ ਗਾਣੇ ਆਏ ਆ। ਸੋ ਮੈਂ ਤੁਹਾਨੂੰ ਇੱਕ ਵਾਰ ਚੈੱਕ ਕਰ ਲਾਂ ਕਿ ਅਗਰ ਉਹ ਨਹੀਂ, ਅਜੇ ਰਿਕੁਐਸਟ ਆਈ ਨਹੀਂ ਗੀ ਮੈਨੂੰ, ਜਦੋਂ ਆਉਂਦੀ ਹੈ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ, ਮੈਂ ਪਹਿਲਾਂ ਹੀ ਮਾਹੌਲ ਬਣਾਤਾ ਜ਼ਿਆਦਾ, ਹਜੇ ਤਾਂ ਰਿਕੁਐਸਟ ਆਈ ਨਹੀਂ। ਬ੍ਰੋ ਅਗਰ ਤੁਸੀਂ ਔਨਲਾਈਨ ਹੋ ਤਾਂ ਪਲੀਜ਼, ਮੈਂ ਚਾਹੁੰਦਾ ਕਿ ਮੈਂ ਨਾਮ ਬੋਲਾਂ, ਮੈਂ ਸਿੱਧਾ ਤੁਹਾਨੂੰ ਇੰਟਰੋਡਿਊਸ ਕਰਾਂ ਲਾਈਵ ਦੇ ਉੱਤੇ ਕਿ ਗਾਣਾ ਕਿਹਨੇ ਲਿਖਿਆ। ਚਲੋ ਜਦ ਤੱਕ ਮੈਨੂੰ ਆਉਂਦੀ ਆ ਰਿਕੁਐਸਟ ਲਾਈਵ ਦੀ ਜੁਆਇਨ ਕਰਨ ਦੇ ਲਈ, ਉਨੀ ਚਿਰ ਆਪਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਗਾਣਾ ਅਸੀਂ ਸ਼ੂਟ ਕੀਤਾ, ਜਿਹੜਾ ਹੁਣੇ ਮੈਂ ਅਤੇ ਖਹਿਰਾ ਅਸੀਂ ਗਏ ਸੀਗੇ ਸ਼ੂਟ ਕਰਨ। ਸੋ ਇਹਦੇ ਵਿੱਚ ਇੱਕ ਹੋਰ ਵੀ ਇੱਕ ਤੋਂ ਹੋਰ ਸਪੈਸ਼ਲ ਚੀਜ਼ਾਂ ਨੇ, ਇੱਕ ਹੈਗੀ ਆ ਇਹਦੇ ਵਿੱਚ ਜਿਹੜੀ ਫੀਚਰਿੰਗ ਕੀਤੀ ਆ ਉਹ ਕੀਤੀ ਆ ਰੀਆ ਚੱਕਰਵਰਤੀ ਨੇ, ਸੋ ਜਿਹਦੇ ਜਿਨ੍ਹਾਂ ਨੇ ਫਿਲਮ ਕੀਤੀ ਸੀ ਜਲੇਬੀ ਅਤੇ ਡੈਡ ਕੀ ਮਰੂਤੀ, ਬਹੁਤ ਸੋਹਣਾ ਕੰਮ ਕੀਤਾ ਉਹਨਾਂ ਨੇ ਵੀਡੀਓ ਦੇ ਵਿੱਚ, ਸੋ ਥੈਂਕ ਯੂ ਸੋ ਮੱਚ ਉਹਦੇ ਲਈ। ਆ ਗਿਆ। ਓਕੇ, ਸੋ ਮੈਂ ਤੁਹਾਨੂੰ ਮਿਲਵਾਉਣ ਜਾ ਰਿਹਾ ਉਸ ਬੰਦੇ ਨਾਲ ਜਿਹਨੇ ਲਿਖਿਆ ਤੇ ਕੰਪੋਜ਼ ਕੀਤਾ। ਓਕੇ, ਵੇਟਿੰਗ 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 ਹੈਲੋ, ਕੋਈ ਗਾਣਾ ਲਿਖਿਆ? ਸਤਿ ਸ਼੍ਰੀ ਅਕਾਲ, ਇਹ ਗਾਣਾ ਲਿਖਿਆ ਜਸ ਮਾਣਕ ਨੇ। ਸੋ ਜਸ ਮਾਣਕ ਮੇਰਾ ਭਰਾ, ਜਿਹਨੂੰ ਕਿ ਕੱਲ ਅਵਾਰਡ ਮਿਲਿਆ ਪਰਾਡਾ ਦੇ ਲਈ ਸੌਂਗ ਆਫ ਦਾ ਈਅਰ, ਮੇਰਾ ਫੇਵਰੇਟ ਗਾਣਾ ਉਹ, ਤੇ ਮੈਨੂੰ ਲੱਗਦਾ ਮੇਰਾ ਨੀ, ਮੋਸਟ ਆਫ ਦਾ ਜਿੰਨੇ ਆਪਣੇ ਪੰਜਾਬੀ ਗਾਣੇ ਸੁਣਦੇ ਆ ਪੰਜਾਬ ਦੇ, ਪੰਜਾਬ ਤੋਂ ਬਾਹਰ ਵੀ ਜਿੰਨੇ ਲੋਕ ਵੀ ਸੁਣਦੇ ਆ ਪੰਜਾਬੀ ਗਾਣੇ, ਉਹਨਾਂ ਦਾ ਫੇਵਰੇਟ ਗਾਣਾ ਪਰਾਡਾ। ਸੋ ਬਹੁਤ ਬਹੁਤ ਮੁਬਾਰਕਾਂ ਪਹਿਲਾਂ ਤਾਂ। ਥੈਂਕ ਯੂ ਸੋ ਮਚ ਭਾਈ, ਥੈਂਕ ਯੂ ਸੋ ਮਚ। ਤੇ ਇਹ ਗਾਣਾ ਲਿਖਿਆ ਜਿਹੜਾ ਆਪਣਾ ਨੈਕਸਟ ਆ ਰਿਹਾ, ਮੈਂ ਆਪਾਂ ਡੇਟ ਨਹੀਂ ਦੱਸਣੀ, ਟਾਈਟਲ ਨਹੀਂ ਦੱਸਣਾ ਹਜੇ,
ਬੋਲਣਾ ਨਹੀਂ ਕਿਤੇ ਓਕੇ ਆਪਾਂ ਪੁਨਰ ਸ਼ੇਅਰ ਕਰਨਾ ਕੱਲ ਨੂੰ ਜਿਹਦੇ ਤੇ ਬੰਦਾ ਬਣਾ ਕੇ ਕਿਰਤਨ ਰਿਲੀਜ਼ ਹੋ ਰਿਹਾ ਸੋ ਗਾਣਾ ਸਾਡਾ ਰਿਲੀਜ਼ ਹੋਣਾ ਉਹ ਲਿਖਿਆ ਜਸ ਮਾਣਕ ਸੋ ਜਸ ਮਾਣਕ ਤੂੰ ਗਾਣੇ ਲਈ ਕੁਝ ਕਹਿਣਾ ਚਾਹੁੰਦਾ ਮੈਂ ਭਾਜੀ ਨੂੰ ਮੈਂ ਪਹਿਲਾਂ ਬਹੁਤ ਜ਼ਿਆਦਾ ਹੈਪੀ ਹਾਂ ਕਿ ਮੇਰੇ ਵੀਰੇ ਨਾਲ ਗਾਣਾ ਆ ਰਿਹਾ ਤੇ ਮੈਂ ਬਹੁਤ ਵੱਡਾ ਫੈਨ ਵੀ ਹਾਂ ਭਾਜੀ ਦਾ ਤੇ ਜਦੋਂ ਅਸੀਂ ਫਸਟ ਟਾਈਮ ਮਿਲੇ ਸੀ ਉਦਣ ਹੀ ਸਾਡੀ ਹੋ ਗਈ ਸੀ ਟੀਮ ਕਿ ਭਾਜੀ ਆਪਾਂ ਗਾਣਾ ਕਰਨਾ ਆ ਤੇ ਭਾਜੀ ਨੇ ਵੀ ਬਿਨਾਂ ਕੁਛ ਕਹਿ ਕਹਿੰਦੇ ਡਨ ਡਨ ਬਸ ਕਰਨਾ ਤੇ ਮੈਂ ਬਹੁਤ ਜ਼ਿਆਦਾ ਹੈਪੀ ਹਾਂ ਤੇ ਸੁਪਰ ਐਕਸਾਈਟਡ ਹਾਂ ਤੇ ਗਾਣਾ ਮੇਰਾ ਵੀ ਬਹੁਤ ਜ਼ਿਆਦਾ ਫੇਵਰੇਟ ਆ ਭਾਜੀ ਨੂੰ ਜਦੋਂ ਮੈਂ ਪਹਿਲੀ ਵਾਰ ਸੁਣਾਇਆ ਭਾਜੀ ਨੂੰ ਉਦੋਂ ਹੀ ਪਸੰਦ ਆ ਗਿਆ ਤੇ ਵੀ ਬਹੁਤ ਸੁਪਰ ਐਕਸਾਈਟਡ ਫੋਰ ਦਿਸ ਤੇ ਮੈਂ ਬਹੁਤ ਜ਼ਿਆਦਾ ਹੈਪੀ ਹਾਂ ਭਾਜੀ ਮੈਂ ਐਕਸਾਈਟਡ ਜ਼ਿਆਦਾ ਹੈਪੀ ਤੋਂ ਜ਼ਿਆਦਾ ਐਕਸਾਈਟਡ ਹਾਂ ਥੈਂਕ ਯੂ ਸੋ ਮਚ ਪਹਿਲਾਂ ਮੈਂ ਤੇਰਾ ਥੈਂਕਸ ਕਰਨਾ ਚਾਹੁੰਦਾ ਅੱਜ ਸਾਰਿਆਂ ਦੇ ਸਾਹਮਣੇ ਕਿ ਭਰਾ ਨੇ ਮੈਨੂੰ ਬਹੁਤ ਸੋਹਣਾ ਗਾਣਾ ਲਿਖ ਕੇ ਦਿੱਤਾ ਬਹੁਤ ਪਲੇਜ਼ਰ ਭਾਜੀ ਥੈਂਕ ਯੂ ਸੋ ਮਚ ਤੇ ਸਨੈਪੀ ਨੇ ਬਹੁਤ ਸੋਹਣਾ 뮤직 ਕੀਤਾ ਹਾਂਜੀ ਹਾਂਜੀ ਸਨੈਪੀ ਜੀ ਗਾਣਾ ਤੇ ਬਹੁਤ ਸੋਹਣੀ ਵੀਡੀਓ ਕੀਤੀ ਅਰਵਿੰਦਰ ਖਹਿਰਾ ਨੇ ਹਾਂਜੀ ਹਾਂਜੀ ਭਾਈ ਦਾ ਬਹੁਤ ਬਹੁਤ ਥੈਂਕ ਯੂ ਤੇ ਤੈਨੂੰ ਵੀ ਮੇਰੇ ਵੱਲੋਂ ਬੈਸਟ ਵਿਸ਼ੇਸ ਤੂੰ ਵੀ ਗਾਣਾ ਸ਼ੂਟ ਕਰਨ ਜਾ ਰਿਹਾ ਮੈਨੂੰ ਹਾਂਜੀ ਤੂੰ 에어ਪੋਰਟ ਤੇ ਇਸ ਟਾਈਮ ਹਾਂਜੀ ਹਾਂਜੀ 에어ਪੋਰਟ ਤੇ 에어ਪੋਰਟ ਤੇ 에어ਪੋਰਟ ਤੇ ਸਗਾ ਹਾਂਜੀ ਸੱਤੀ ਵੀਆ ਨਾਲ ਨਹੀਂ ਨਹੀਂ ਸੱਤੀ ਭਾਜੀ ਉੱਥੇ ਸੀਗੇ ਮੈਂ ਚੱਲਦਾ ਓਕੇ ਓਕੇ ਚੱਲ ਮੇਰੇ ਵੱਲੋਂ ਬੈਸਟ ਵਿਸ਼ੇਸ ਤੇ ਥੈਂਕ ਯੂ ਸੋ ਮਚ ਭਾਈ ਸ਼ੂਟ ਕਰਕੇ ਆਓ ਸੋ ਥੈਂਕ ਯੂ ਸੋ ਮਚ ਕੁਝ ਕਹਿਣਾ ਚਾਹੁੰਦਾ ਆਡੀਅנס ਨੂੰ ਗਾਣੇ ਬਾਰੇ ਕੁਝ ਮੈਂ ਬਸ ਇਹੀ ਕਹਿਣਾ ਚਾਹੁੰਦਾ ਕਿ ਮਤਲਬ ਮੈਂ ਜਦੋਂ ਤੁਸੀਂ ਮੈਨੂੰ ਥੋੜਾ ਜਿਹਾ ਹੋ ਭੇਜਿਆ ਸੀ ਮੈਂ ਤਾਂ ਉਦੋਂ ਤੋਂ ਹੀ ਮਤਲਬ ਬਹੁਤ ਜ਼ਿਆਦਾ ਘੈਂਟ ਵੀਡੀਓ ਤੇ ਗਾਣਾ ਮੈਂ ਕਹਿੰਦਾ ਕਿ ਸਾਡੇ ਵੱਲੋਂ ਪੂਰਾ ਜ਼ੋਰ ਲੱਗਾ ਪਿਆ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਜਿੱਦਾਂ ਤੁਸੀਂ ਬਾਕੀ ਗਣ ਨੂੰ ਪਿਆਰ ਦੇਣੇ ਦੇਸ਼ ਗਣ ਨੂੰ ਪਿਆਰ ਦਿਓ ਬਹੁਤ ਜ਼ਿਆਦਾ ਬਹੁਤ ਘੈਂਟ ਚੀਜ਼ ਆ ਸਾਰਿਆਂ ਨੂੰ ਪਸੰਦ ਆਊਗਾ ਸਾਰੇ ਆਡੀਅੰਸ ਨੂੰ ਡਨ ਥੈਂਕ ਯੂ ਸੋ ਮਚ ਤੇ ਤੇਰੀ ਐਲਬਮ ਬਹੁਤ ਸੋਹਣੀ ਆ ਤੇ ਮੈਂ ਮੇਰੇ ਫੇਵਰਿਟ ਮੇਰੇ ਫੇਵਰਿਟ ਗਾਣਿਆਂ ਦੇ ਵਿੱਚੋਂ ਵਿਆਹ ਗਾਣਾ ਮੇਰਾ ਮੋਸਟ ਫੇਵਰਿਟ ਗਾਣਾ ਮੈਂ ਬਹੁਤ ਸੁਣਦਾ ਹਾਂ ਤੇ ਕਰਨ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਕਰਨ ਦਾ ਗਾਣਾ ਵੀ ਬਹੁਤ ਸੋਹਣਾ ਮੈਂ ਉਹ ਵੀ ਬਹੁਤ ਸੁਣਦਾ ਥੈਂਕ ਯੂ ਥੈਂਕ ਯੂ ਸੋ ਮਚ ਜਸ ਤੇ ਕੱਲ ਨੂੰ ਕਰਦੇ ਪੋਸਟਰ ਸ਼ੇਅਰ ਤੇ ਹਾਂਜੀ ਹਾਂਜੀ ਭਾਜੀ ਦੱਸਦੇ ਆ ਬਾਕੀ ਇਨਫੋਰਮੇਸ਼ਨ ਹਾਂਜੀ ਹਾਂਜੀ ਸੋ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਗਾਇਸ ਹੈਵ ਅ ਸੇਫ ਫਲਾਈਟ ਬ੍ਰਦਰ ਥੈਂਕ ਯੂ ਸੋ ਮਚ ਭਾਈ ਸੋ ਹਾਂਜੀ ਜਸ ਮਾਣਕ ਦਾ ਲਿਖਿਆ ਹੋਇਆ ਗਾਣਾ ਤੇ ਕੰਪੋਜ਼ ਕੀਤਾ 뮤직 ਸਨੈਪੀ ਤੇ ਵੀਡੀਓ ਅਰਵਿੰਦਰ ਖਹਿਰਾ ਤੇ ਕੱਲ ਨੂੰ 11 10 ਤੇ 11 ਦੇ ਵਿੱਚ ਵਿੱਚ ਮੈਂ ਆਪਣਾ ਪੋਸਟਰ ਸ਼ੇਅਰ ਕਰੂੰਗਾ ਤੇ ਉਹਦੇ ਤੇ ਰਿਲੀਜ਼ਿੰਗ ਡੇਟ ਹੋਊਗੀ ਕਿਸ ਦਿਨ ਗਾਣਾ ਰਿਲੀਜ਼ ਹੋ ਰਿਹਾ ਤੇ ਕੀ ਟਾਈਟਲ ਆ ਗਾਣੇ ਦਾ ਤੇ ਉਮੀਦ ਕਰਦਾ ਪੋਸਟਰ ਬਹੁਤ ਸੋਹਣਾ ਤੁਹਾਨੂੰ ਪੋਸਟਰ ਵੀ ਵਧੀਆ ਲੱਗੂਗਾ ਤੇ ਵੀਡੀਓ ਬਹੁਤ ਸੋਹਣੀ ਆ ਮੈਂ ਬਹੁਤ ਐਕਸਾਈਟਡ ਆ ਕਿਉਂਕਿ ਮੇਰਾ ਬਹੁਤ ਹੀ ਫੇਵਰੇਟ ਗਾਣਾ ਮੈਂ ਬਹੁਤ ਦੇਰ ਤੋਂ ਰਿਪੀਟ ਤੇ ਸੁਣ ਰਿਹਾ ਹਾਂ ਉਹ ਉਹਨਾਂ ਲਈ ਸੌਰੀ ਜਿਹੜੇ ਕਿ ਔਕਾਤ ਗਾਣੇ ਦੀ ਵੇਟ ਕਰ ਰਹੇ ਸੀ ਪਰ ਮੈਂ ਚਾਹੁੰਦਾ ਕਿ ਮੈਂ ਇੱਦਾਂ ਆਡੀਓ ਰਿਲੀਜ਼ ਨਹੀਂ ਕਰਨਾ ਚਾਹੁੰਦਾ ਕਿਉਂਕਿ ਉਹ ਗਾਣਾ ਬਹੁਤ ਜ਼ਿਆਦਾ ਵਧੀਆ ਬਣਿਆ ਹੋਇਆ ਬਹੁਤ ਜ਼ਿਆਦਾ ਘੈਂਟ ਕਰਨ ਨੇ ਬਹੁਤ ਸੋਹਣਾ ਲਿਖਿਆ ਆਇਆ ਸੋ ਮੈਂ ਚਾਹੁੰਦਾ ਕਿ ਮੈਂ ਉਹ ਗਾਣਾ ਵੀਡੀਓ ਦੇ ਨਾਲ ਰਿਲੀਜ਼ ਕਰਾਂ ਤੇ ਅਸੀਂ ਉਹਦੀ ਵੀਡੀਓ ਬਹੁਤ ਜਲਦੀ ਸ਼ੂਟ ਕਰਨ ਵਾਲੇ ਹਾਂ ਤੁਸੀਂ ਸਿਰਫ ਉਹਦਾ ਇੱਕ ਪਾਰਟ ਸੁਣਿਆ ਉਹਦੇ ਦੋ ਅੰਤਰੇ ਤੇ ਕਰਨ ਦਾ ਰੈਪ ਉਹਦੇ ਵਿੱਚ ਜਿਹੜਾ ਤੁਸੀਂ ਸੁਣ ਕੇ ਮਤਲਬ ਤੁਹਾਨੂੰ ਬਹੁਤ ਸਵਾਦ ਆਊਗਾ ਮਜ਼ਾ ਆਊਗਾ ਬਹੁਤ ਜ਼ਿਆਦਾ ਕਿਉਂਕਿ ਬਹੁਤ ਸੋਹਣਾ ਗਾਣਾ ਉਹ ਵੀ ਜਲਦੀ ਰਿਲੀਜ਼ ਕਰਾਂਗੇ ਇਸ ਤੋਂ ਬਾਅਦ ਤੇ ਹੋਰ ਵੀ ਗਾਣੇ ਬਣੇ ਪਿਆ ਪਰ ਸਭ ਤੋਂ ਪਹਿਲਾਂ ਆਹ ਵਾਲਾ ਗਾਣਾ ਜਿਹੜਾ ਲਿਖਿਆ ਜਸ ਮਾਣਕ ਨੇ ਮੇਰੇ ਮੂੰਹ ਚੋਂ ਟਾਈਟਲ ਨਾ ਨਿਕਲ ਜਾਵੇ ਕਿਉਂਕਿ ਮੈਂ ਬਾਰ ਬਾਰ ਮੈਨੂੰ ਐਂ ਲੱਗੀ ਜਾਂਦਾ ਹੁਣ ਬੋਲ ਦੂੰਗਾ ਹੁਣ ਬੋਲ ਦੂੰਗਾ ਸੋ ਇਹ ਤੋਂ ਪਹਿਲਾਂ ਕਿ ਮੈਂ ਬੋਲਾਂ ਤੇ ਮੈਂ ਜਾਣਾ ਤੇ ਅਗਰ ਤੁਸੀਂ ਕੋਈ ਮੈਸੇਜ ਦੇਣਾ ਕੁਛ ਵੀ ਮੈਂ ਦੇਖਾਂ ਅਗਰ ਕੋਈ ਹੋਰ ਵੀ ਲਾਈਵ ਤੇ ਆਉਣਾ ਚਾਹੁੰਦਾ ਹਾਂ ਤੇ ਇਸ ਗਾਣੇ ਲਈ ਸਪੈਸ਼ਲ ਥੈਂਕਸ ਆ ਮੇਰੇ ਭਰਾ ਕੇਵੀ ਢਿੱਲੋਂ ਦਾ ਕਿਉਂਕਿ ਕੇਵੀ ਢਿੱਲੋਂ ਨਾਲ ਮੈਂ ਬਹੁਤ ਦੇਰ ਦਾ ਡਿਸਕਸ ਕਰ ਰਿਹਾ ਸੀਗਾ ਤੇ ਕੇਵੀ ਢਿੱਲੋਂ ਨੇ ਮੈਨੂੰ ਕਿਹਾ ਕਿ ਭਾਜੀ ਆਪਾਂ ਗਾਣਾ ਕਰਨਾ ਮੈਂ ਕੇਵੀ ਨੂੰ ਵੀ ਅਗਰ ਨਹੀਂ ਕੇਵੀ ਹੈ ਨਹੀਂ ਅਨੇਬਲ ਟੂ ਜੁਆਇਨ ਓਕੇ ਸਮਾਂ ਸੋ ਤੇ ਕੇਵੀ ਨੂੰ ਵੀ ਨਾਲ ਲੈ ਗਏ ਤੇ ਥੈਂਕ ਯੂ ਸੋ ਮਚ ਕੇਵੀ ਤੇ ਸਾਰੀ ਜੀਕੇ ਡਿਜੀਟਲ ਦਾ ਮੇਰੇ ਵੱਲੋਂ ਬਹੁਤ ਬਹੁਤ ਥੈਂਕਸ ਤੇ ਜਸ ਦਾ ਬਹੁਤ ਬਹੁਤ ਥੈਂਕਸ ਸਨੈਪੀ ਨੇ ਬਹੁਤ ਸੋਹਣਾ ਮਿਊਜ਼ਿਕ ਕੀਤਾ ਸਪੈਸ਼ਲੀ ਥੈਂਕਸ ਟੂ ਸਨੈਪੀ ਤੇ ਫਿਰ ਥੈਂਕਸ ਅਰਵਿੰਦਰ ਖਹਿਰਾ ਮੈਨੂੰ ਲੱਗਦਾ ਹੁਣ ਤੱਕ ਦੀ ਮੇਰੀ ਸਭ ਤੋਂ ਘੈਂਟ ਵੀਡੀਓ ਹੋ ਗਈ ਜਿਹੜੀ ਅਸੀਂ ਵੀਡੀਓ ਸ਼ੂਟ ਕਰਕੇ ਆਉਂਦੀ ਹੈ ਤੇ ਤੁਹਾਨੂੰ ਵੀ ਵਧੀਆ ਲੱਗੂ ਥੈਂਕ ਯੂ ਕੱਲ ਨੂੰ 10 ਤੋਂ 11 ਦੇ ਵਿੱਚ ਮੈਂ ਆਪਣਾ ਪੋਸਟਰ ਸ਼ੇਅਰ ਕਰੂੰਗਾ ਸੋ ਦੱਸਿਓ ਤੁਹਾਨੂੰ ਕਿਵੇਂ ਲੱਗਿਆ ਤੇ ਸ਼ੇਅਰ ਜ਼ਰੂਰ ਕਰ ਦਿਓ ਕਿ ਉਹ ਗਾਣਾ ਫਿਰ ਆਪਣਾ ਜਲਦੀ ਆ ਜਾਣਾ ਪੋਸਟਰ ਸ਼ੇਅਰ ਕਰ ਦਿਓ ਤਾਂ ਕਿ ਸਭ ਨੂੰ ਪਤਾ ਚੱਲ ਜਾਵੇ ਕਿ ਆਪਣਾ ਗਾਣਾ ਆ ਰਿਹਾ ਕਿੰਨੇ ਤਰੀਕ ਲਵ ਯੂ ਬਹੁਤ ਬਹੁਤ ਪਿਆਰ ਹਾਂ ਮੱਥਾ ਟੇਕ ਚੜੀਦਾ ਸਟੇਜਾਂ ਦੇ ਉੱਤੇ ਕੰਮ ਦੇਖ ਜਾਈ ਨਾ ਤੂੰ ਏਜਾਂ ਦੇ ਉੱਤੇ ਮੂਰਿਆ ਕੇ ਟੱਕਰੇ ਔਕਾਤ ਕਿਸ ਦੀ ਬੜਾ ਕੁਝ ਕਹਿੰਦੇ ਸਾਲੇ ਪੇਜਾਂ ਦੇ ਉੱਤੇ ਗਿੱਲ ਦੀ ਜੀ ਕਿਸੇ ਨਾਲ ਖਾਰ ਨੀ ਕੋਈ ਘਰਾਲੇ ਦੇ ਕਰਨ ਜਿਹਾ ਯਾਰ ਨੀ ਕੋਈ ਜਿਹੜੇ ਕਹਿੰਦੇ ਰਹਿੰਦੇ ਸਾਡੀ ਮਾਰ ਨੀ ਕੋਈ ਓਦਾਂ ਦੀਆਂ ਟੋਲੀਆਂ ਵੀ ਬਹੁਤ ਠਾਰੀਆਂ ਉਹਨਾਂ ਤੋਂ ਅਲਰਜੀ ਜੋ ਕਰਦੇ ਗਦਾਰੀਆਂ ਉਹ ਰਗਾਂ ਵਿੱਚ ਖੂਨ ਦੀ ਥਾਂ ਦੌੜਦੀਆਂ ਯਾਰੀਆਂ ਲੰਮੀ ਗੁੱਤ ਦੇਖ ਕਦੇ ਮੁੱਛਾਂ ਨੀ ਉਹ ਝਾੜੀਆਂ ਉਹ ਅੜਕੇ ਨਿਭਾਈਏ ਜੀ ਦੇ ਨਾਲ ਯਾਰੀਆਂ
ਇਹ ਗਾਣਾ ਵੀ ਮੇਰਾ ਬਹੁਤ ਫੇਵਰੇਟ ਗਾਣਾ, ਇਹ ਵੀ ਜਲਦੀ ਕਰਾਂਗੇ, ਪਰ ਪਹਿਲਾਂ ਆ ਰਿਹਾ ਜਿਹੜਾ ਕੱਲ੍ਹ ਮੈਂ ਪੋਸਟਰ ਸ਼ੇਅਰ ਕਰੂੰਗਾ ਤੁਹਾਨੂੰ, ਉਹ ਸੁਣਿਓ ਤੇ ਦੇਖਿਓ ਪੋਸਟਰ ਤੇ, ਸ਼ੇਅਰ ਕਰਿਓ ਤੇ ਗਾਣਾ ਦੀ ਡਿਟੇਲਸ ਪੋਸਟਰ ਤੇ ਹੋਣਗੀਆਂ। ਲਵ ਯੂ, ਥੈਂਕ ਯੂ ਸੋ ਮਚ।